ਆਪਣੇ ਦਰਬਾਰ ਵਿੱਚ ਕਬੂਲ ਅਤੇ ਮਨਜ਼ੂਰ ਫਰਮਾ। ਬਾਨੀਆਂ ਨੇ ਮਜਲਿਸ ਦੀ ਇੱਜ਼ਤ ਵਿੱਚ ਰਜ਼ਕ ਵਿੱਚ ਇਜ਼ਾਫਾ ਫਰਮਾ। ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ। ਮਰਹੂਮੀਨ ਦੀਆਂ ਕਬਰਾਂ ਹੱਦੇ ਨਿਗਾਹ ਤੱਕ ਵਸੀ ਫਰਮਾ। ਇਹ ਜਿਤਨੇ ਹੱਥ ਤੇਰੇ ਦਰਬਾਰੇ ਆਲੀਏ ਝੁੱਠੇ ਨੇ ਕਿਸੇ ਦੇ ਮੁਹਤਾਜ ਨਾ ਹੋਵਣ। ਵਾਰਿਸ ਦੇ ਉਹਨਾਂ ਬੇਵਾਰਿਸ ਆਪਣੀ ਆਖਰੀ ਹੁਜਰ ਸਾਡੇ ਆਖਰੀ ਪੇਸ਼ਵਾ ਇਮਾਮ ਜ਼ਮਾਨਾ ਅਜਲ ਅੱਲਾਹੁ ਫਰਸ਼ ਸ਼ਰੀਫ ਤੇ ਜਲ ਜ਼ਹੂਰ ਫਰਮਾ। ਸਾਡਾ ਕਿਰਦਾਰ ਇਸ ਲਾਇਕ ਹੋਵੇ ਜੋ ਸਾਡਾ ਇਮਾਮ ਸਾਡੇ ਅਮਲੋ ਕਿਰਦਾਰ ਤੇ ਰਾਜ਼ੀ ਹੋਵੇ। ਮਸ਼ਰਕ ਮਗਰਬ ਸ਼ੁਮਾਲ ਜਨੂਬ ਹਾਜ਼ਰੀਨ ਮੋਮਨੀਨ ਉਹ ਸਾਦਾਤ ਚੂੰ ਜਮੀ ਮਰੀਜ਼ਨ ਸਿਹਤ ਕੁੱਲੀ ਅਤਾ ਫਰਮਾ। ਮੇਰੇ ਭਾਈ ਬਿਮਾਰਨ ਮਾਲਿਕ ਸਿਹਤ ਅਤਾ ਫਰਮਾ। ਰਾਏ ਮੁਹੰਮਦ ਅਕਰਮ ਖਰਲ ਬਿਮਾਰਨ ਮਾਲਿਕ ਸਿਹਤ ਅਤਾ ਫਰਮਾ। ਅਹਿਲ ਬੈਤ ਦੇ ਘਰਾਂ ਨੇ ਲੈ ਕੇ ਸਲਵਾਤ ਸਮਝ ਕੇ ਸਲਵਾਤ ਪੜ੍ਹੋ। ਜ਼ੈਨ ਦੀ ਵਾਰੀ ਐਲਾਨ ਕਰੇ। ਇਹ ਜਿਹੜੇ ਪਿੱਛੇ ਬੈਠੇ ਹੋ ਮਿਹਰਬਾਨੀ ਕਰੋ ਤੇ ਅੱਗੇ ਅੱਗੇ ਨਹੀਂ ਆਵੈਂਦੇ, ਆ ਜਾਓ ਮਿਹਰਬਾਨੀ। ਚਲੋ ਬਹਿ ਗਏ ਹੋ ਤੇ ਅੱਗੇ ਆ ਜਾਓ, ਜਾ ਖਾਲੀ ਪਈ ਤੁਸੀਂ ਵੀ ਆ ਜਾਓ। ਪਿੱਛੋਂ ਵੇਦੇ ਹੋ ਮਾਲਕ ਸਿਹਤ ਦੇ ਨੇ, ਮਾਲਕ ਹਯਾਤੀਆਂ ਵਾਲੇ ਬਚੜੇ ਦੇ ਨੇ ਜਿਹਨਾਂ ਕੋਲ ਨਹੀਂ ਹੈ, ਜਾ ਖਾਲੀ ਅੱਗੇ ਪੁਰ ਕਰੋ। ਇੱਕ ਸਲਵਾਤ ਪੜੋ ਖੁੱਲਿਆਂ ਚਿਹਰਿਆਂ ਨਾਲ ਬਾਵਾਜ਼ੇ ਬੁਲੰਦ ਅੱਲਾਹੁਮਾ ਸੱਲਿ ਅਲਾ ਮੁਹੰਮਦ ਮਾਲ। ਮੇਰੇ ਵਾਸਤੇ ਨਹੀਂ ਜ਼ਿਕਰ ਵਾਸਤੇ ਅੱਗੇ ਆਓ। ਇੱਕ ਸਲਵਾਤ ਪੜੋ ਖੰਦਾ ਪਿਸ਼ਾਨੀ ਨਾਲ ਬਾ ਜਮਾਤ ਸਲਵਾਤ ਪੜੋ। ਅੱਲਾਹੁਮਾ ਸੱਲਿ ਅਲਾ ਮੁਹੰਮਦ ਮਾਲ ਮੁਹੰਮਦ। ਨਫਸੁੱਲਾ ਦਾ ਮਾਲਿਕ ਅਲੀ ਨਬੀ ਦੀ ਮਸਜਿਦ ਵਿੱਚ ਨਬੀ ਦੇ ਮਿੰਬਰ ਤੇ ਤਸ਼ਰੀਫ ਫਰਮਾਏ। ਮੇਰੇ ਇਮਾਮ ਖੁਤਬਾ ਪੜ੍ਹਦੇ ਨੇ, ਇੱਕ ਮੁਨਾਫਕ ਦਰਮਿਆਨ ਚੋਂ ਖਲੋਤਾ, ਉਸ ਅਲੀ ਦੀ ਕਲਾਮ ਕਥਾ ਕੀਤੀ। ਮੇਰੇ ਇਮਾਮ ਨੂੰ ਗੁੱਸਾ ਆਇਆ ਤੇ ਗੁੱਸੇ ਦੇ ਅੰਦਾਜ਼ ਵਿੱਚ ਅਲੀ ਫਰਮਾਇਆ, ਤੂੰ ਕੁੱਤਾ ਹੋ ਕੇ ਮੇਰੇ ਨਬੀ ਦੀ ਮਸਜਿਦ ਵਿੱਚ ਕੀ ਲੈਣਾ ਹੈ? ਜਿਹੜੇ ਵੇਲੇ ਆਖਿਆ ਤੂੰ ਕੁੱਤਾ ਹੋ ਕੇ ਮੇਰੇ ਨਬੀ ਦੀ ਮਸਜਿਦ ਵਿੱਚ ਕੀ ਲੈ ਆਇਆ? ਸਾਹਿਬ ਜ਼ੁਬਦਤੁਲ ਮਸਾਹਿਬ ਜੁਮਲੇ ਲਿਖਣ, ਅਲੀ ਦੀ ਜ਼ਬਾਨ ਚੋਂ ਲਫ਼ਜ਼ ਕੁੱਤਾ ਨਿਕਲਿਆ, ਇਹ ਇਨਸਾਨ ਤੂੰ ਕੁੱਤਾ ਬਣ ਗਿਆ ਤੇ ਕੁੱਤਾ ਬਣਿਆ ਨਵੇਂ ਮਾਡਲ ਦਾ। ਹੁਣ ਜ਼ਮੀਂਦਾਰ ਇਲਾਕੇ ਦੇ ਬੰਦੇ ਹੋ ਤੁਸੀਂ, ਜਪਾਨ ਅਮਰੀਕਾ 'ਚ ਤਾਂ ਆਏ ਕੋਈ ਨਹੀਂ, ਤੁਸੀਂ ਸਾਰੇ ਜਾਣਦੇ ਹੋ ਨਾਲ ਵਾਲੇ ਪਿੰਡ ਦਾ ਇਸ ਪਿੰਡ 'ਚ ਕੋਈ ਕੁੱਤਾ ਆ ਜਾਏ, ਇਸ ਪਿੰਡ ਦੇ ਕੁੱਤੇ ਉਸ ਕੁੱਤੇ ਨਾਲ ਕੀ ਕਰੇ ਸਨ? ਚਿੱਕ ਲੈ ਸਨ, ਮਰੇ ਸਨ, ਵੱਢ ਸਨ, ਲਹੂ ਲੁਹਾਨ ਕਰ ਸਨ, ਪਿੰਡ ਦੀਆਂ ਗਲੀਆਂ 'ਚ ਭਜੇ ਸਨ ਅਤੇ ਅਖੀਰ ਉਸਨੂੰ ਪਿੰਡ 'ਚੋਂ ਕੱਢ ਛੱਡੇ ਸੀ। ਜੇ ਗੱਲ ਨਹੀਂ, ਮੈਂ ਸਾਰਿਆਂ ਦੀ ਤਰਜਮਾਨ ਨਹੀਂ ਕੀਤੀ, ਬਈ ਇੱਕ ਇੱਕ ਬੰਦੇ ਕੋਲੋਂ ਮੈਂ ਵੱਖਰਾ ਵੱਖਰਾ ਪੁੱਛਾਂ ਅਤੇ ਹਰ ਬੰਦੇ ਦਾ ਵੱਖਰਾ ਵੱਖਰਾ ਅਜ਼ੀਜ਼ ਜ਼ੈਨ, ਹਰ ਬੰਦੇ ਦਾ ਵੱਖਰਾ ਵੱਖਰਾ ਜ਼ਿਹਨ ਹੈ। ਮੈਂ ਸਾਰਿਆਂ ਦੀ ਤਰਜਮਾਨੀ ਕੀਤੀ ਹੈ। ਇਹ ਜਿਸ ਨੂੰ ਅਲੀ ਆਖਿਆ ਨਾ, ਤੂੰ ਕੁੱਤਾ ਹੋ ਕੇ ਮੇਰੇ ਨਬੀ ਦੀ ਮਸਜਿਦ 'ਚ ਕੀ ਲੈਣਾ ਹੈ? ਕੁੱਤਾ ਬਣਿਆ ਅਤੇ ਭਜਿਆ ਆਪਣੇ ਮਹੱਲੇ ਵਾਲੇ ਪਾਸੇ, ਮਹੱਲੇ ਦਿਆਂ ਕੁੱਤਿਆਂ ਇਸ ਦਾ ਸੋਹਣਾ ਇਸਤਕਬਾਲ ਕੀਤਾ। ਇਹ ਜਿਹੜੇ ਵੇਲੇ ਲਹੂ ਲੁਹਾਨ ਹੋ ਕੇ ਆਪਣੇ ਮੇਨ ਗੇਟ ਤੋਂ ਅੰਦਰ ਦਾਖਲ ਹੋਇਆ, ਡੀਗਰ ਦਾ ਟਾਈਮ ਆਈ ਤੇ ਉਹ ਸਾਹਮਣੇ ਇਸ ਦੀ ਬੀਵੀ ਰੋਟੀਆਂ ਪਕਾ ਰਹੀ। ਇਹ ਕੁੱਤਾ ਤਾਂ ਜਾਣਦਾ ਹੀ ਇਹ ਘਰ ਮੇਰਾ, ਇਹ ਬੀਵੀ ਮੇਰੀ ਹੈ, ਇਸ ਦੀ ਬੀਵੀ ਨਾ ਹੀ ਪਤਾ ਹੈ ਕਿਹੜਾ ਕੁੱਤਾ ਹੈ। ਤਵੱਜੋ ਫਰਮਾਓ ਨਾ, ਮੈਂ ਜਨਾਬ ਨੂੰ ਗੁਜ਼ਾਰਿਸ਼ ਕਰ ਰਿਹਾ, ਮਾਲਕ ਇੱਜ਼ਤ ਆਕਰ ਹੈਦਾਰੀ। ਇਹ ਜ਼ਖਮੀ ਆਈ ਤੇ ਭੱਜਿਆ ਆਪਣੇ ਪਲੰਘ ਵਾਲੇ ਪਾਸੇ, ਇਸ ਜੰਪ ਲਿਆ ਤੇ ਪਹੁੰਚਿਆ ਪਲੰਘ ਤੇ। ਜਿਸ ਬੰਦੇ ਦਾ ਪਾਕਿਸਤਾਨ ਨਾਲ ਤੱਲੁਕ ਹੈ ਉਸ ਦੀ ਜ਼ਬਾਨ ਹੱਲੀ ਹੈ, ਜਿਹੜਾ ਅਮਰੀਕਾ 'ਚੋਂ ਆਇਆ ਇਟਲੀ ਜਪਾਨ ਯੂਨਾਨ ਨਾਲ ਤੱਲੁਕ ਰੱਖਦਾ ਹੈ, ਉਸਨੂੰ ਚੂੰਕਿ ਮੇਰੀ ਗੱਲ ਦੀ ਸਮਝ ਹੀ ਪੀਰ ਗਜੂਰ ਸ਼ਾਹ ਨਹੀਂ ਆਉਣੀ, ਉਸ ਮੈਂ ਦਾਦ ਕਹੀ ਦੇਣੀ ਹੈ। ਜਿਹੜਾ ਮੁਲਕ ਪਾਕਿਸਤਾਨ ਨਾਲ ਤੱਲੁਕ ਰੱਖਦਾ ਹੈ, ਜਿਹੜੀ ਮੇਰੀ ਗੱਲ ਸਮਝਦਾ ਹੈ, ਕੰਨ ਦੇ ਜ਼ਰੀਏ ਬਾਤ ਦਿਲ ਤੱਕ ਪਹੁੰਚੀ ਜ਼ਬਾਨ ਹੱਲੇ ਪੜਨ ਦਾ ਫਾਇਦਾ ਨਹੀਂ। 14 ਦੀ ਕਚਹਿਰੀ 'ਚ ਬਾਵਜੂ ਖੜਾਂ ਅਤੇ 14 ਦੀ ਕਚਹਿਰੀ 'ਚ ਖਲੋ ਕੇ ਮੈਨੂੰ ਅਨ ਰਵੈਦ ਦੇ ਜੁਮਲੇ ਗੁਜ਼ਾਰਿਸ਼ ਪੇ ਕਰਦਾ, ਇਸ ਲੰਮੇ ਤੋਂ 12ਵੇਂ ਦੇ ਜ਼ਹੂਰ ਤੱਕ ਮੈਂ ਆਪਣੇ ਜੁਮਲੇ ਦਾ ਜ਼ਾਮਨ ਹਾਂ। ਹਰ ਗੱਲ ਦਾ ਹਰ ਬੰਦਾ ਖਰੀਦਾਰ ਨਹੀਂ ਹੁੰਦਾ, ਕਿਤਨੇ ਖਰੀਦਾਰ ਬੈਠੇ ਮੈਂ ਇਸ ਜੁਮਲੇ ਦੇ ਬਾਅਦ ਚੈੱਕ ਕਰਨਾ ਹੈ। ਜਿਹੜੇ ਵੇਲੇ ਜੰਪ ਲੈ ਕੇ ਗਿਆ ਨਾ ਆਪਣੇ ਪਲੰਘ 'ਤੇ, ਅਤੇ ਇਸ ਦੀ ਬੀਵੀ ਨੇ 34 ਛਿੱਕੀ। ਨਹੀਂ ਜਿਹੜੇ ਬੋਲੇ ਹੋ ਤੋ ਅਸਾਂ ਮੁਲਕ ਪਾਕਿਸਤਾਨ ਨਾਲ ਤੱਲੁਕ ਰੱਖਦੇ ਹੋ, ਜਿਹੜੇ ਨਹੀਂ ਬੋਲੇ, ਮੈਨੂੰ ਯਕੀਨ ਹੋ ਗਿਆ ਤੁਹਾਡੇ ਇਸ ਮੁਲਕ ਨਾਲ ਤੱਲੁਕ ਨਹੀਂ, 34 ਛਿੱਕੀ ਹੈ ਸਰ, ਅਤੇ ਮਾਰਨ ਲੱਗੀ ਇਸ ਕੁੱਤੇ ਨੂੰ। ਇਸ ਦੀ ਬਿਰਾਦਰੀ ਦੇ ਬੰਦੇ ਜਿਹੜੇ ਮਸਜਿਦ 'ਚੋਂ ਆਏ ਨਾ, ਇਹਦੇ ਪਿੱਛੇ ਇਹ ਦਰਵਾਜ਼ੇ 'ਤੇ ਖਲੋਤੇ ਆਏ, ਇੰਨਾ ਉੱਚੀ ਆਵਾਜ਼ ਨਾਲ ਆਖਿਆ ਭਰਜਾਈ ਨਾ ਮਾਰੀ, ਇਹ ਕੁੱਤਾ ਨਹੀਂ ਤੇਰਾ ਸ਼ੌਹਰ ਹੈ।
بندہ ماں دی جھولی تو علی ولی اللہ پڑھدا ہوے اس بندے نال میری گل لے جڑا پہلی دوجی چوتھی مرتبہ مجلس چاہے نہ بولے تے دکھ نہیں ممبر دی عظمت دی قسم ہے جڑے برادری آکھیا نے کتا نہیں تیرا شوہر چواتی زمین تے سٹ کے ادیے بندے تو جو کتا بنیا ہے کدائی میرے علی تا نہیں بھوک در جی موزا صاحب یہی اچھے ذاکری اور جنہوں نے ذاکری میں ایک وقت گزارا ہو وہ اسی طرح وقت شناس ہوتے ہیں اور انہیں پتہ ہوتا ہے کہ کس وقت میں کس طرح کی ذاکری ہوتی ہے اور وہ اتنے سے ٹائم میں بتا جاتے ہیں کہ ہم بہت عظیم ذاکر ہیں اور یہ واقعی پیر مظہر شاہ جی نے ثابت کیا ہم تو بہرحال تو پہلے بھی ایمان ہے تو اسی طرح میں باقی ذاکرین سے بھی گزارش کروں گا کہ ٹائم دیکھ لیں اور ٹائم کی نوعیتیں آپ کے سامنے ہیں قربان جعفری صاحب ذیشان جعفری صاحب وہ بھی ممبر پہنچ چکے ہیں انشاءاللہ بعد میں پرسہ بھی ہوگا اور ٹائم کی نوعیتیں بھی کچھ اس طرح سے ہے تو بلا تاخیر شہباز پاکستان ملک ساجد رکن صاحب کے فرزان کسی تعارف کے محتاج نہیں ہماری ابھرتی ہوئی ذاکری کا